ਤੇਰੇ ਹੱਸ ਕੇ ਮੂੰਹ ਤੇ ਕਰਨ ਗੱਲਾਂ ਓ ਪਿੱਠ ਪਿੱਛੇ ਵਾਰ ਚਲਾਹਾਂ ਜਾਂਦੇ ਓ ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ ਆ ਲੋਕੀ ਰੱਬ ਵੇਚ ਕੇ ਆ ਜਾਂਦੇ ਓ ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ ਤੇ ਲੋਕੀ ਰੱਬ ਵੇਚ ਕੇ ਆ ਜਾਂਦੇ ਹੋਏ ਘਰੇ ਹਨਾ ਪਿੰਡਾਂ ਚ ਸੁਣੀ ਦੱਸ ਦੀ ਆ ਸਖ ਹੋ ਮਤਲਬ ਲਈ ਪਾਸੀ ਉੱਠਦੇ ਆ ਹੱਥ ਹੋ ਜਿਹਦੇ ਕੋਲ ਪੈਸਾ ਹੈ ਤੇ ਪਾਵਰੀ ਆ ਜਾਂਦੀ ਲੋਕ ਮੱਲੋ ਮੱਲੀ ਫੇਰੀ ਉਹਦੇ ਪਿੱਛੇ ਨੱਸਦੇ ਜ਼ਮੀਨਾਂ ਵੇਚ ਕੇ ਅਸੀਂ ਪ੍ਰਾਪਰਟੀ ਡੀਲਰ ਬਣੇ ਤੇ ਅੱਜ ਕੱਲ੍ਹ ਜ਼ਮੀਨਾਂ ਕਿਹੜੇ ਪਾ ਆ ਪਤਾ ਹੀ ਹੈ ਉਹ ਵੇਚ ਕੇ ਜ਼ਮੀਨਾਂ ਚਿੱਟਾ ਪੌੜ ਲੱਗ ਜਾਣ ਜਿਹੜੇ ਬਸ ਥੋੜੇ ਕੇ ਹੀ ਦਿਨ ਮੁੱਠਾ ਚਾੜਦੇ ਉਹ ਘਰ ਚ ਜਨਾਨੀ ਜਿਹਨੂੰ ਪੁੱਛਦੀ ਨਹੀਂ ਪਾਣੀ ਉਹ ਵੀ ਵੇਟਰਾਂ ਦੇ ਉੱਤੇ ਰੱਬ ਮਾਰਦੇ ਇੱਧਰ ਭੈਣਾਂ ਦੰਦੀਆਂ ਕੱਢਦੀਆਂ ਕੀ ਕਰਨ ਵਿਚਾਰਿਆਂ ਨੇ ਕਿਤੇ ਦਾ ਗੁੱਸਾ ਕੱਢਣਾ ਹੀ ਹੈ ਹੋ ਲਾੜੀ ਨੇ ਲਾੜੀ ਤੇ ਤਾਂ ਖੱਟ ਲੈਣੀ ਹੁੰਦੀ ਬੈਠੇ ਸੱਤ ਰੱਖ ਜਾਂਦੇ ਕਟੜੋਂ ਨਹੀਂ ਹਟਦੇ ਲੇਕਿਨ ਅਸੀਂ ਕਈ ਵਾਰੀ ਇਹੋ ਜਿਹੀਆਂ ਸਾਡੇ ਸਾਹਮਣੇ ਚੀਜ਼ਾਂ ਆ ਜਾਂਦੀਆਂ ਜੋ ਨਾ ਦੇਖਣ ਯੋਗ ਹੁੰਦੀਆਂ ਤੇ ਨਾ ਸੁਣਨ ਯੋਗ ਹੁੰਦੀਆਂ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਦੇ ਹੱਥ ਹੈ ਜੀ ਆ ਜਿਹੜੇ ਛੋਟੇ ਛੋਟੇ ਬੱਚੇ ਬੈਠੇ ਇਹਨਾਂ ਦਾ ਭਵਿੱਖ ਤੁਹਾਡੇ ਹੱਥ ਹੈ ਬਾਪੂ ਹੋਣਾ ਨੇ ਤਾਂ ਆਪਣੀਆਂ ਕਰ ਲਈਆਂ ਹੁਣ ਤੁਹਾਡੇ ਹੱਥ ਨੇ ਉਹ ਬੰਦ ਕਮਰੇ 'ਚ ਬੈਠੀ ਜਿਹੜੀ ਰੀਲਾ ਪਾਈ ਜਾਵੇ ਕਿੱਥੋਂ ਰੋਕਣਾ ਇਹਨੂੰ ਕੰਧ ਵਾਲੇ ਕੱਚ ਨੇ ਕਰੀਨਾ ਕੀ ਇਹੋ ਜਿਹਾ ਹੈ ਧਾਮੀ ਦਾ
ਮਰੀਆਂ ਭੈਣਾਂ ਨੂੰ ਪਤਾ ਹੋਣਾ ਕਿਤੇ ਆਪਾਂ ਰੈੱਡ ਲਾਈਟਾਂ ਤੇ ਖੜੇ ਹੋਈਏ ਨਾ ਤੇ ਉਹ ਜਿਹੜੀਆਂ ਭੈਣਾਂ ਮੰਗਦੀਆਂ ਹੁੰਦੀਆਂ ਆ ਕੇ ਸਿੱਧਾ ਅਟੈਕ ਭੈਣਾਂ ਤੇ ਕਰਨਗੀਆਂ ਪਤਾ ਕੀ ਕਹਿਣਗੀਆਂ ਇਹ ਕਮਾਲ ਇਹ ਸ਼੍ਰੀ ਦੇਵੀ ਇਹ ਕੋਲ ਮਤਲਬ ਅੱਲਾ ਕੇ ਨਾਮ ਤੇ ਕੁਛ ਦੇ ਤੇ ਉਹਦੇ ਨਾਲ ਸਾਡੀਆਂ ਭੈਣਾਂ ਵੀ ਵਿੱਚੇ ਮੈਂ ਵੀ ਆ ਗਈ ਪੂਰੀਆਂ ਉਹਦੇ ਚ ਆ ਜਾਈਦੇ ਜਿੱਥੇ 10 ਦੇਣੇ ਹੁੰਦੇ 100 ਦੇ ਕੇ ਆਈ ਤੇ ਨਾਲੇ ਘਰੇ ਆ ਕੇ ਸ਼ੀਸ਼ਾ ਵੇਖਦੀਆਂ ਰਹਿੰਦੀਆਂ ਨਹੀਂ ਲੱਗਦੀ ਤਾਂ ਕਿਸੇ ਪਾਸੇ ਨਹੀਂ ਹੈ ਹਣਾ ਹੋਈ ਤਾਂ ਸਭ ਰੱਜੀ ਹੋਈ ਖੇਡ ਕਰ ਤਾਰ ਦੀ ਕੋਈ ਜਾਣ ਕੇ ਕਿਰੀ ਕਿਚਣੀ ਜੰਮਦਾ ਮੰਗਦੇ ਨੂੰ ਦੇਖ ਸ਼ੀਸ਼ਾ ਚਾੜ ਲੈ ਤੇ ਕਾਰ ਦਾ ਜੋ ਕਰਨਾ ਕੀ ਹੈ ਹੋ ਜਾਏ ਤਨ ਦਾ ਹੋਈ ਕਿ ਰੱਤ ਸੜੀ ਕੰਦ ਕੱਟ ਕੇ ਤਾਂ ਦੇਖੋ ਜਣ ਵੇਖ ਵੇਖ ਕਿਸੇ ਦੀ ਗਰੀਬੀ ਆਸੀ ਰੇ
ਨਹੀਂ ਲਿਖਿਆ ਹੱਥ ਪੁੱਟ ਕੇ ਫੜ ਲੈ ਹੱਲੇ ਸਾਡੀ ਉਮਰ ਮਿਆਰੀ ਮੈਂ ਸੁਣਿਆ ਮੇਰੇ ਤੋਂ ਮਨ ਛੜ ਕੇ ਕਈ ਰੂਹਾਂ ਦਾ Thank you so much, Susie. When I'm a man, so you can't sit there. What are they not even saying? This is a good horse, like it. Looking back, sir, I'm going to go. Ek aur to ek kudi le. Dubara, they stand on a boat. Lekin tusi mera itna hausla deta, mainu ticket nahi deta. Ek apne naate zor deta. ਮੇਲੇ ਦੇ ਮਲਾਪ ਦੀ ਗੱਲ ਕਰਦੇ ਅੱਜ ਮੇਲੇ ਚ ਮੇਰੀਆਂ ਕਈ ਭੈਣਾਂ ਇਹੋ ਜਿਹੀਆਂ ਹੋਣੀਆਂ ਜਿਹੜੇ ਆਪਣੇ ਪੇਕੇ ਪਿੰਡ ਆਈਆਂ ਮੇਲਾ ਦੇਖਣ ਕਿ ਮੇਲਾ ਲੱਗਿਆ ਮੇਲਾ ਦੇਖਣ ਜਾਂਦੇ ਕਿੰਨੀਆਂ ਗਾਇਆਂ ਹੱਥ ਖੜੇ ਕਰੀਏ ਤਾਂ ਜਰਾ ਜਿਹੜੀਆਂ ਆਪਣੇ ਪੇਕੇ ਪਿੰਡ ਆਈਆਂ ਮੈਂ ਹੱਸਣ ਲੱਗ ਗਿਆ ਮੋਢਾ ਮਾਰ ਨਾਲੇ ਮਿਲੀਆਂ ਹੋਣੀਆਂ ਨਾਲ ਪਤਾ ਕੀ ਕਹਿੰਦੀਆਂ ਨੀ ਭੋਲੀ ਤੂੰ ਸਾਡੇ ਕੋਲ ਦੋ ਹੀ ਗੱਲਾਂ ਮਤਲਬ ਕਿਵੇਂ ਹੋਣਾ ਤਾਂ ਸੂਟ ਕਿੱਥੋਂ ਲਿੱਤਾ ਔਰ ਕਈ ਅੱਦਾਂ ਦੇ ਵਿਛੋੜੇ ਵੀ ਹੋਣਗੇ ਜਿਹੜੇ ਕੱਲ ਨੂੰ ਇਸ ਮੇਲੇ ਤੇ ਨਹੀਂ ਵੀ ਹੋਣਗੇ ਵਿਦੇਸ਼ਾਂ ਚ ਵੀ ਹੋ ਸਕਦੇ ਸੋ ਕੀ ਲਿਖਿਆ ਹੱਥ ਪੁੱਟ ਕੇ ਫੜ ਲੈ ਹੱਲੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚੋਂ ਛੜ ਕੇ ਕਈ ਰੂਹਾਂ ਦੇ
ਮੱਛੀ ਹੁਣ ਢੇਲੀ ਵੀ ਨਾ ਬੱਚੀ ਤੇ ਤੋ ਥੋੜੇ ਆ ਨਾ ਸਾਡੇ ਲਈ ਕੋਈ ਗਹਿਣਾ ਫਿਰ ਅੱਗੇ ਕੀ ਲਿਖਿਆ ਵੀ ਆਉਂਦੀ ਢਾਲੀ ਕਾਣੀ ਕਹਦੀ Thank you.
ਕੀ ਬਾਤ ਹੈ ਜੀ ਇਧਰੋਂ ਸਰਪੰਚ ਸਾਹਿਬ ਹੁਣਾਂ ਦੀ ਇੱਕ ਵਾਰ ਤੋਂ ਫੇਰ ਫਰਮਾਇਸ਼ ਹੈ ਡਿਟੂ ਬਾਜੀ ਹੁਣਾਂ ਦੀ ਕਿ ਆਖੜਾ ਬਰਕੀ ਮਾੜੇ ਬੰਦੇ ਦੀ ਲਓ ਜੀ ਫਰਮਾਇਸ਼ਾਂ ਬਹੁਤ ਸਾਰੀਆਂ ਜਿੰਦੇ ਇੱਕਦਮ ਲੱਜਦਾਰ ਬਾਰੇ ਮੈਂ ਕਿਹਦਾ ਕਿਹਦਾ ਮਾਣ ਰੱਖ ਲਾਂ ਸਿੱਧੂ ਵੀਰੇ ਦੀ ਗੀਤ ਦੀ ਇੱਕ ਵਾਰ ਤੋਂ ਫੇਰ ਫਰਮਾਇਸ਼ ਆਈ ਹੈ ਤੋਂ ਲੋਕ ਕਥਾ ਮਿਰਜਾ ਉਹਦੀ ਵੀ ਫਰਮਾਇਸ਼ ਹੈ ਤੇ ਮਿਰਜਾ ਆਪਾਂ ਲਾਸ ਤੇ ਗਾ ਕੇ ਜਾਵਾਂਗੇ ਜੀ ਕਿਉਂਕਿ ਤੁਸੀਂ ਜਿੰਨੇ ਵੀ ਸੱਜੇ ਹੋਏ ਹੋ ਤੁਹਾਡਾ ਹੁਕਮ ਸਿਰ ਮੱਥੇ ਹੈ ਕਲਾਕਾਰ ਕੋਈ ਵੀ ਕਲਾਕਾਰ ਬਣ ਕੇ ਨਹੀਂ ਆਉਂਦਾ ਕਲਾਕਾਰ ਬਣਾਉਂਦੀਆਂ ਤੁਹਾਡੀਆਂ ਤਾੜੀਆਂ ਤੁਹਾਡਾ ਹੌਸਲਾ ਔਰ ਤੁਸੀਂ ਭੈਜੀ ਹੋਣਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਕਰਦੇ ਹੋ ਉਹਨਾਂ ਦੇ ਗੀਤਾਂ ਨੂੰ ਮਕਬੂਲਦੇ ਹੋ ਸੁਣਦੇ ਹੋ ਔਰ ਮੈਂ ਇੱਧਰ ਭਰਾਵਾਂ ਨੂੰ ਗੁਜ਼ਾਰਿਸ਼ ਕਰਾਂਗਾ ਵੀ ਇੱਧਰੋਂ ਨਾਲ ਨਾਲ ਜਗ੍ਹਾ ਜਿਹੜੀ ਖਾਲੀ ਹੈ ਆ ਜਾਓ ਬੈਠ ਜਾਓ ਸਾਰੇ ਜਾਣੇ ਤੁਸੀਂ ਜਿੰਨੇ ਵੀ ਸੱਜੇ ਹੋਏ ਹੋ ਤੁਹਾਡਾ ਸਾਰਾ ਦਾ ਸਤਿਕਾਰ ਕਰਦੇ ਆ ਪ੍ਰਵਾਦ ਕਰਦੇ ਹਾਂ ਇੱਧਰੋਂ ਨਾਲ ਨਾਲ ਬਾਜੀ ਹੁਣਾਂ ਦੀ ਫਰਮਾਇਸ਼ ਇੱਕ ਵਾਰ ਤੋਂ ਫਿਰ ਤੁਹਾਡੀ ਸੇਵਾ ਤੇ ਹਾਜ਼ਰ